ਹਾਂਜੀ ਤੇਰਾ ਕਿਸੇ ਨੂੰ ਤੇ ਫਤਿਆ ਕਿਹੜੇ ਕੰਮ ਚ ਹੈ? ਮੈਂ ਪੈਂਟਰ ਕੰਮ ਤਾਂ ਆਇਆ ਸੀ ਇੱਥੇ। ਹਾਂ ਫਿਰ ਕਿੱਦਾਂ ਰਗੜੇ ਗਿਆ? ਦੋ ਗੁਣੇ ਮੈਂ ਤਾਂ ਪੈਸੇ ਲੈ ਗਿਆ ਜੀ। ਕਿੰਨੇ ਪੈਸੇ ਲੱਗ ਗਿਆ? ਮੈਂ ਤਾਂ 1000 ਲੱਗਿਆ ਵੀਰੇ, 1500 ਰੁਪਇਆ। ਰਾਤ ਕਿੰਨੇ ਲੱਗੇ ਜੀ? 1500 ਰੁਪਇਆ। 1500? ਹਾਂ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਡੇਲੋ ਜੀ। ਡੇਲੋ ਤੋਂ ਲੁਧਿਆਣੇ ਆਏ ਤੁਸੀਂ? ਹਾਂ ਜੀ, ਪੈਂਟਰ ਕੰਮ ਕਰਦਾ ਮੈਂ। ਅੱਛਾ, ਪੈਂਟਰ ਦਾ ਕੰਮ ਕਰਦੇ। ਦੋਨਾਂ ਦਾ ਕਿੰਨੇ ਪੈਸੇ ਰਗੜੇ ਗਏ ਦੋਨੇ ਭਰਾਵਾਂ ਜੀ? ਉਹਦਾ ਮੈਨੂੰ ਪਤਾ ਨਹੀਂ, ਮੈਂ ਤਾਂ 1500 ਰੁਪਏ ਲੈ ਗਈ। ਅੱਛਾ, 1500? ਹਾਂ ਜੀ। ਕੁੜੀ ਮਿਲੀ ਵੀ ਨਹੀਂ? ਨਾ, ਬਿਲਕੁਲ ਨਹੀਂ ਮਿਲੀ। ਨਹੀਂ ਮਿਲੀ ਕੁੜੀ? ਨਹੀਂ ਜੀ, ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ। ਲਾਰਾ ਕੀ ਲਾ ਕੇ ਗਈ ਕੁੜੀ ਤੁਹਾਨੂੰ? ਗਲਤ ਕੰਮ ਪਿੱਛੇ। ਨਹੀਂ, ਲਾਰਾ ਕੀ ਲਾ ਕੇ ਵੀ ਮੈਂ ਮਿਲਦੀ ਹਾਂ ਤੁਹਾਨੂੰ? ਨਹੀਂ, ਗਲਤ ਕੰਮ ਪਿੱਛੇ ਲਾ ਕੇ ਲਾਰਾ ਲਾ ਕੇ ਗਈ ਆ। ਅੱਛਾ, ਵੀ ਤੁਹਾਨੂੰ ਮੈਂ ਆਉਣੀ ਹੁਣੀ? ਹਾਂ, ਵੀ ਆਈ ਨਹੀਂ ਦੁਬਾਰਾ ਫਿਰ? ਹਾਂਜੀ। ਫਿਰ ਤੁਸੀਂ ਇੱਦਾਂ ਦੇ ਕੰਮਾਂ 'ਚ ਫਸਦੇ ਕਿਉਂ? ਪਾਪਾ ਜੀ ਹੁਣ ਕੀ ਕੰਮ, ਮਜਬੂਰੀ ਹੈ ਜੀ। ਮਜਬੂਰੀ ਹੈ? ਹਾਂਜੀ। ਵਿਆਹ ਨਹੀਂ ਹੋਇਆ ਤੁਹਾਡਾ? ਨਹੀਂ ਜੀ। ਪਰ ਚਾਹੀਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ। ਬਿਲਕੁਲ ਜੀ, ਹੋਣਾ ਚਾਹੀਦਾ। ਅੱਜ ਤੁਸੀਂ ਰਗੜੇ ਗਏ, ਇੱਦਾਂ ਹੋਰ ਨਾ ਰਗੜਿਆ ਜਾਵੇ ਕੋਈ। ਬਿਲਕੁਲ ਸਹੀ ਗੱਲ ਹੈ ਜੀ। ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ, ਹੁਣ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ। ਅੱਛਾ, ਉਹ ਕੁੜੀ ਲੱਭਣ ਗਏ? ਹਾਂਜੀ। ਤੇ ਦੋਨੇ ਭਰਾ ਕੁਆਰੇ ਹੋ? ਨਹੀਂ, ਮੈਂ ਵਿਆਹ, ਉਹ ਮੇਰਾ ਭਾਈ ਵਿਆਹ ਆ। ਅੱਛਾ, ਭਾਈ ਤੇਰਾ ਵੱਡਾ ਵਿਆਹ ਹੋਇਆ, ਤੂੰ ਕੁਆਰਾ? ਹਾਂਜੀ। ਅੱਛਾ, ਦੋਨੇ ਭਰਾ ਨਜ਼ਾਰੇ ਲੈਣ ਆਏ ਸੀ? ਨਹੀਂ, ਅਸੀਂ ਘੁੰਮਣ ਫਿਰਨ ਵਾਸਤੇ ਸੀ, ਸਾਨੂੰ ਪਤਾ ਇੱਥੇ ਮਾਹੌਲ ਆ। ਅੱਛਾ। ਹਾਂਜੀ। ਤੇ ਕਿੰਨੇ ਪੈਸੇ ਲੈ ਗਏ ਦੋਨੇ ਕੁੜੀਆਂ? ਘੱਟੋ ਘੱਟ ਮੈਨੂੰ ਲੱਗਦਾ 8000 ਰੁਪਇਆ। 8000 ਰੁਪਇਆ ਲੈ ਗਏ? ਹਾਂਜੀ, ਤੁਹਾਡੇ ਕੋਲੋਂ? ਹਾਂਜੀ। ਅੱਛਾ, ਜਿਹੜੀ ਪੁਲਿਸ ਆ ਉਹ ਕੋਈ ਹੱਲ ਨਹੀਂ ਕਰਦੇ। ਕੰਪਲੇਂਟ ਨਹੀਂ ਲਗਾਈ ਤੁਸੀਂ? ਨਹੀਂ ਨਹੀਂ, ਜੇ ਮੇਰਾ ਭਾਈ ਆਊਗਾ ਤਾਂ ਕੰਪਲੇਂਟ ਲਵਾਂਗੇ। ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ? ਇੱਥੇ ਜੀ, ਬੱਸ ਸਟੈਂਡ। ਹਾਂਜੀ। ਮੇਰਾ ਵੀਰੇ ਦੀਪ ਆ ਜੀ। ਕੱਟ ਜਿਹੜਾ ਹੋਇਆ ਕਾਰਨ ਕੀ ਹੈ ਵੀਰੇ? ਕਾਰਨ ਆ ਇਹੀ, ਕੁਛ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਵਾਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ। ਕਿੰਨੇ ਪੈਸੇ? 8000 ਰੁਪਈਆ। ਦੋਨੇ ਭਰਾ ਸੀ? ਹਾਂਜੀ, ਦੋਨੇ ਭਰਾ ਸੀਗੇ। ਤੇ ਸਵਾਦ ਵੀ ਨਹੀਂ ਮਿਲਿਆ ਤੇ ਉਦਾਂ ਵੀ ਸਵਾਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ। ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ। ਤੁਸੀਂ ਚੁੱਪ ਕਰਾਇਆ? ਹਾਂਜੀ, ਮੈਂ ਚੁੱਪ ਕਰਾਇਆ ਜੀ। ਬੇਚਾਰੇ ਨੂੰ ਦੱਸਿਆ ਕੋਈ ਮਾੜਾ ਮੋਟਾ? ਦੱਸਿਆ ਜੀ, ਇਹਨਾਂ ਨੇ ਕਹਿੰਦੇ ਮੈਂ ਦੱਸਿਆ ਵਾ, ਐਂ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ। ਠੀਕ ਆ। ਇਹਨਾਂ ਨੂੰ ਪੈਸੇ ਪੂਸੇ ਬਾਰੇ ਨਹੀਂ? ਕਿੱਥੋਂ ਰਹਿਣ ਵਾਲੇ ਆ? ਕਿੱਥੋਂ ਰਹਿਣ ਵਾਲੇ? ਹਾਂਜੀ, ਡੇਲੋ। ਡੇਲੋ ਦਾ ਵੀਰੇ? ਡੇਲੋ। ਬਹੁਤ ਔਖਾ ਹੋਇਆ ਵੀਰੇ, ਰੋਈ ਜਿਹੜੀ। ਤੁਹਾਡੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ, ਨਸ਼ਾ ਕੀਤਾ ਹੁੰਦਾ, ਕੀ ਅੱਜ ਦਾ ਕੰਟਰੋਲ ਨਹੀਂ ਹੋ ਰਿਹਾ? ਕੁਛ ਵੀ ਨਹੀਂ ਹੋ ਰਿਹਾ ਭਾਜੀ, ਇੱਕ ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ। ਜਦੋਂ ਮਰਜ਼ੀ ਤੁਸੀਂ ਸ਼ਾਮ ਨੂੰ ਆ ਜਾਓ, ਕੁੜੀਆਂ ਖੜੀਆਂ ਹੋਣੀਆਂ, ਉਹਨਾਂ ਨਾਲ 4-5 ਮੁੰਡੇ ਹੁੰਦੇ ਆ, 4-5 ਮੁੰਡੇ ਹੁੰਦੇ ਆ, ਪਲੱਸ ਨਾ ਉਹਨਾਂ ਨਾਲ ਜਦੋਂ ਵੀ ਕੋਈ ਆਉਂਦਾ ਵਾ, ਮੁੰਡਾ ਖੜਦਾ ਵਾ, ਉਹਦੇ ਨਾਲ ਲੁੱਟ ਖੋ ਜਾਂਦੀ ਹੈ ਅਤੇ ਉਹ ਉਹਨਾਂ ਬੈਗ ਬੂਗ, ਪਰਸ ਪੁਰਸ ਜੋ ਵੀ ਹੈ, ਸਮਾਨ, ਮੋਬਾਈਲ ਗੂਗਲ ਪੇ ਤੱਕ ਕਰ ਲੈਂਦੇ ਨੇ। ਮੇਰੇ ਕੋਲ ਬੰਦਾ ਹੈਗਾ ਵਾ, ਉਹਦੇ ਕੋਲ ਪੈਸੇ ਹੈ ਨਹੀਂ, ਉਹ ਕਹਿੰਦੇ ਮੇਰੇ ਫੋਨ 'ਤੇ ਗੂਗਲ ਪੇ ਕਰ, ਮੇਰੇ ਕੋਲ ਹੋਈ ਵੀ ਬੰਦੇ ਦਾ ਨੰਬਰ ਹੈਗਾ ਵਾ, ਉਹ ਕੋਈ ਸੁਣਵਾਈ ਨਹੀਂ। ਮੈਂ ਚੌਂਕੀ ਗਿਆ ਵਾਂ, ਅਗਲੇ ਨੇ ਮੇਰੀ ਗੱਲ ਹੀ ਨਹੀਂ ਮੰਨੀ, ਅਗਲੇ ਨੇ ਦਾਰੂ ਪੀਤੀ, ਮੇਰੀ ਗੱਲ ਸੁਣੀ ਨਹੀਂ, ਅਗਲੇ ਕਹਿੰਦੇ ਆਪਾਂ ਕੀ ਲੈਣ ਦੇਣਾ, ਕਹਿੰਦੇ ਸਾਡੀ ਚੌਂਕੀ ਨੇ ਜੀ, ਉਹ ਪੈਂਦੀ ਹੈ ਉੱਥੇ, ਦੱਸੋ ਕੀ ਬੰਦਾ ਕਰੇ। ਹਾਂ, ਸਾਡੇ 'ਚ ਨਹੀਂ ਪੈਂਦੀ, ਬੱਸ ਅੱਡੇ ਪੈਂਦੀ ਹੈ। ਹੁਣ ਬੰਦਾ ਇੰਨੇ ਧੱਕੇ ਦਿਖਾ ਨਹੀਂ ਸਕਦਾ ਕਦੀ। ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ? ਕੁੜੀਆਂ ਮੇਰੇ ਹਿਸਾਬ ਨਾਲ 3-4 ਕਿਉਂ, 10-15 ਜਿਹੜੀ ਚਿੱਟਾ ਚੁੱਟਾ ਜਿਹਾ ਪਤਾ ਨਹੀਂ ਘਰੋਂ ਕੱਢੀਆਂ ਨੇ, ਉਹ ਕੁੜੀਆਂ ਘੁੰਮਦੀਆਂ ਨੇ। ਉਹਨਾਂ ਨਾਲ ਮੁੰਡੇ ਨੇ ਛੇੜੀ ਉੱਦਾਂ ਦੇ ਹੁੰਦੇ ਜਿਹੜਾ ਚਿੱਟਾ ਪੀਂਦੇ ਨੇ, ਅਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤਾਂ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ, ਉਹ ਲੁੱਟ ਖੋ ਬਹੁਤ ਜ਼ਿਆਦਾ ਹੁੰਦੀ ਹੈ। ਕਿਹੜੀ ਜਗ੍ਹਾ ਇਹ ਪਾਰਕ? ਆਪਣੀ ਜਮਲਾ ਜੱਟ ਪਾਰਕ ਹੈ ਜੀ, ਜਵਾਰਨਰ ਕੈਂਪ ਦੀ। ਹੋ ਜਾਂਦੀ ਆ ਬਥੇਰੀ ਵਾਰੀ, ਮੈਨੂੰ ਤਾਂ 2-3 ਵਾਰੀ ਹੋਇਆ ਨਾ, ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ, ਮੈਨੂੰ ਕਹਿ ਦਿੰਦੇ ਆ ਵੀ ਕਿੰਨਾ, ਕਹਿੰਦੇ ਬਿਠਾ ਲਓ ਸਾਨੂੰ ਉੱਥੋਂ ਤੱਕ, ਲਾ ਦਿਓ ਇਹ ਆ ਉਹ ਆ, ਪਰ ਸਾਡੀ ਸਵਾਰੀਆਂ ਦੇ ਉਹ ਕਰ ਜਾਂਦੇ ਆ।
ਮਾੜਾ ਜਿਹਾ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ ਜੀ। ਬਹੁਤ ਵਾਰੀ ਹੋਇਆ ਮੇਰੇ ਨਾਲ। ਹਾਂਜੀ 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 ਮੇਰੇ ਸਾਡੀ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਈਆਂ ਫਿਰ ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ, ਬਾਹਲੀ ਦੇਰ ਤਾਂ ਤੁਹਾਨੂੰ ਦੇਖ ਕੇ ਮੈਂ ਰੁਕ ਗਿਆ। ਦੋ ਤਿੰਨ ਤਾਂ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ, ਬੜਾ ਟੀਕਾ ਲਾਇਆ ਹੋਇਆ ਉਹਨਾਂ ਦੇ, ਇੱਥੇ ਡਿੱਗਦੀਆਂ ਲੈਂਦੀਆਂ ਸੀ, ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਉਂਦੇ ਆਉਂਦੇ ਰਹੇ। ਪੂਰਾ ਹੀ ਓਕੇ ਰਿਪੋਰਟ। Subscribe to One India channel and never miss an update.